ਯਾਰ ਇਹਦੀ ਇੱਕ ਅਸੀਂ ਸ਼ੁਰੂ ਚੁੱਕਿਆ ਹੈ ਕਿ ਜਿਹੜਾ ਦੋਸ਼ੀ ਹੈ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ। ਅਸੀਂ ਹਰ ਜਗ੍ਹਾ 'ਤੇ ਕੋਆਪਰੇਟ ਕਰਨ ਨੂੰ ਤਿਆਰ ਹੈ, ਨਿਸ਼ਾਨਾ ਇੱਕੋ ਇੱਕ ਹੈ, ਦੋਸ਼ੀਆਂ ਨੂੰ ਸਜ਼ਾ ਮਿਲੇ। ਅਸੀਂ ਕੋਈ ਸਿਆਸਤ ਨਹੀਂ ਖੇਡਣਾ ਚਾਹੁੰਦੇ, ਉਹ ਸਿਆਸਤ ਖੇਡ ਰਹੇ ਹਾਂ। ਜੋ ਸਹੀ ਸਾਡਾ ਤਾਂ ਸਹੀ ਦੋਸ਼ੀ ਚਾਹੀਦੇ ਹੈ ਕਿ ਸਹੀ ਦੋਸ਼ੀ ਹੋਣ, ਫੜੇ ਜਾਣ, ਜਿੱਥੇ ਸਾਨੂੰ ਬੁਲਾਉਣਗੇ ਅਸੀਂ ਜਾਵਾਂਗੇ, ਪਰ ਦੋਸ਼ੀ ਸਹੀ ਹੋਣ ਅਤੇ ਸਿਆਸਤ ਵੀ ਹੋਣੀ ਚਾਹੀਦੀ ਉਹਦੇ 'ਚ। ਜੀ ਯਾਰ ਹੁਣ ਆਪਣੇ ਆਪ ਉਹਨਾਂ ਨੂੰ ਪੁੱਛਣਾ ਮੈਂ ਕੀ ਕਹਿ ਸਕਦਾ। ਸਿੰਘ ਬਰਨਾਲਾ ਜਿਹੜਾ ਸਾਬਕਾ ਮੈਂਬਰ ਪਾਰਲੀਮੈਂਟ ਉਹ ਬਾਰ ਬਾਰ ਇਹ ਗੱਲ ਦੁਹਰਾ ਰਿਹਾ ਕਿ ਵੱਡੀ ਮੀਟਿੰਗ ਹੋਈ ਹੈ ਅਕਸ਼ੇ ਕੁਮਾਰ ਦੇ ਕੋਠੀ ਦੇ ਵਿੱਚ, ਡੇਰਾ ਮੁਖੀ ਔਰ ਗਿਆਨੀ ਗੁਰਮੁਖ ਸਿੰਘ ਨਾਲ। ਆਪਣੇ ਆਪ ਆਪਣੇ ਵੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਮੈਂ ਤੁਹਾਨੂੰ ਇੱਕ ਗੱਲ ਕਲੀਅਰ ਕਰਨਾ ਚਾਹੁੰਦਾ, ਮੈਂ ਜ਼ੈਡ ਪਲੱਸ ਪ੍ਰੋਟੈਕਟ ਹੀ ਹਾਂ। ਮੇਰੀ ਇੱਕ ਇੱਕ ਮੂਵਮੈਂਟ ਇੱਥੋਂ ਮੈਂ ਉੱਥੇ ਜਾਊਂਗਾ, ਰਿਕਾਰਡ ਹੁੰਦੀ ਹੈ ਕਿ ਇੱਥੋਂ ਇੰਨੇ ਵਜੇ ਚੱਲ ਕੇ ਇਸ ਜਗ੍ਹਾ 'ਤੇ ਗਿਆ। ਹਿੰਦੁਸਤਾਨ 'ਚ ਮੈਂ ਕਿਤੇ ਵੀ ਜਾਵਾਂ, ਪੰਜਾਬ ਪੁਲਿਸ ਨੂੰ ਮੇਰਾ ਇੱਕ ਇੱਕ ਮੂਵਮੈਂਟ ਪਤਾ, ਕਿਉਂਕਿ ਮੈਂ ਜ਼ੈਡ ਪਲੱਸ ਪ੍ਰੋਟੈਕਟ ਹੀ ਹਾਂ। ਮੈਂ ਜੇ ਬੰਬੇ ਜਾਵਾਂ, ਮੈਂ ਅਮਰੀਕਾ ਜਾਵਾਂ, ਮੈਂ ਮਹਾਰਾਸ਼ਟਰਾ ਜਾਵਾਂ, ਇੱਕ ਇੱਕ ਜਗ੍ਹਾ 'ਤੇ ਇੱਕ ਇੱਕ ਮਿੰਟ। ਮੈਂ ਕਹਿੰਦਾ ਜ਼ਿਆਦਾ ਪੁੱਛਣ ਦੀ ਲੋੜ ਨਹੀਂ, ਰਿਕਾਰਡ ਹੀ ਦੇਖ ਲੈਣ ਮੈਂ ਕਿੱਥੇ ਸੀ। ਆਹ ਕੋਈ ਇਹੋ ਜਿਹੀ ਚੀਜ਼ ਆ, ਆਹ ਤਾਂ ਪੂਰਾ ਰਿਕਾਰਡ ਹੈ। ਮੇਰੇ ਨਾਲ CSF ਹੈ, ਗਵਰਨਮੈਂਟ ਆਫ ਇੰਡੀਆ ਦੀ ਐਂਡ ਪੰਜਾਬ ਪੁਲਿਸ, ਦੋਨਾਂ ਦੀ ਰਿਕਾਰਡ ਪੈਰਲਲ ਮੇਨਟੇਨ ਹੁੰਦਾ, ਇੱਕ ਇੱਕ ਮਿੰਟ ਦਾ ਰਿਕਾਰਡ, ਕਿਉਂਕਿ ਉਹਨਾਂ ਨੂੰ ਪ੍ਰੋਟੈਕਸ਼ਨ ਦੇ ਵਿੱਚ ਜੇ ਇੱਕ ਮਿੰਟ ਵੀ ਮੇਰੇ ਤੋਂ ਬਗੈਰ ਪਾਸੇ ਨਹੀਂ ਹੋ ਸਕਦੇ। ਮਾਨਤਾ ਨਹੀਂ, ਅਸੀਂ ਕਿਹਾ ਸੀ ਅਸੀਂ ਇੰਕੁਆਇਰੀ ਕੀਤੀ, ਮਨਰੰਜੀਤ ਸਿੰਘ ਰਿਪੋਰਟ ਪੰਜਾਬ ਸਰਕਾਰ ਨੇ ਆਪ ਕਿਹਾ। ਹਾਈ ਕੋਰਟ ਦੇ ਵਿੱਚ ਕੀ ਬਿਆਨ ਦਿੱਤਾ ਪੰਜਾਬ ਸਰਕਾਰ ਨੇ ਕਿ ਜੀ ਆਹ ਜਿਹੜੀ ਰਣਜੀਤ ਸਿੰਘ ਰਿਪੋਰਟ ਹੈ ਇਹਦਾ ਕੋਈ ਭਰੋਸਾ ਨਹੀਂ ਹੈ, ਜੋ ਸਿੱਟ ਕਰੂਗੀ ਸ਼ਾਇਦ ਅਲੱਗ ਇਨਕੁਆਇਰੀ ਹੋ ਜਾਵੇ, ਅਲੱਗ ਚੀਜ਼ਾਂ ਰਿਜ਼ਲਟ ਨਿਕਲ ਜਾਣ। ਜੇ ਪੰਜਾਬ ਸਰਕਾਰ ਹੀ ਰਣਜੀਤ ਸਿੰਘ ਰਿਪੋਰਟ ਨੂੰ ਮਾਨਤਾ ਨਹੀਂ ਦੇ ਰਹੀ, ਆਹ ਤਾਂ ਰਣਜੀਤ ਸਿੰਘ ਰਿਪੋਰਟ ਤਾਂ ਤੁਹਾਨੂੰ ਪਤਾ ਖੈਰੇ 'ਤੇ ਸਾਰਾ ਪਲਾਨ ਕੀ ਸੀ, 2 ਸਾਲ ਡਰਾਮੇ ਕਰੋ ਇਹਦੇ, ਹੁਣ ਦੂਜੇ ਡਰਾਮੇ ਕਰੋ। ਜੇ ਬੇਸਿਕਲੀ ਮੈਂ ਅਪੀਲ ਕਰਦਾ ਸਰਕਾਰ ਨੂੰ, ਕੌਮ ਦੇ ਸੈਂਟੀਮੈਂਟ 'ਤੇ ਖਿਲਾੜ ਨਾ ਕਰੋ, ਦੋਸ਼ੀਆਂ ਦੇ ਮਗਰ ਲੱਗੋ। ਜੋ ਦੋਸ਼ੀ ਹੈ, ਮੈਂ ਤਾਂ ਗੁਰੂ ਗ੍ਰੰਥ ਸਾਹਿਬ, ਅੱਜ ਆਪਾਂ ਦਰਬਾਰ ਸਾਹਿਬ ਬੈਠੇ ਹਾਂ, ਮੈਂ ਪਰਮਾਤਮਾ ਦੇ ਚਰਨਾਂ 'ਚ ਵੀ ਆਹੀ ਅਰਦਾਸ ਕੀਤੀ, ਜਿਹੜੇ ਦੋਸ਼ੀਆਂ ਨੇ ਆ ਕੀਤਾ ਸਖ਼ਤ ਤੋਂ ਸਖ਼ਤ ਸਜ਼ਾ ਉਸ ਉਹਨਾਂ ਦੋਸ਼ੀਆਂ ਨੂੰ ਦੇਣੀ ਚਾਹੀਦੀ, ਪਰਮਾਤਮਾ ਆਪ ਦੇਵੇ। ਹੋਰ ਕੀ ਕਰ ਰਹੀ ਹੈ ਕੋਈ ਇਹਦੇ 'ਚ? ਕੋਈ 2 ਸਾਲ ਹੋ ਗਏ, 2 ਸਾਲ ਹੋ ਗਏ, ਇਕੱਲੇ ਆਹ ਡਰਾਮੇ ਹੀ ਚੱਲ ਰਹੇ, ਕੋਈ ਸੱਚਾਈ ਕੋਈ ਆਈ ਹੈ? ਮੈਂ ਜੋ ਪੰਜਾਬ ਹਲੇ ਜੋ ਕੋਈ ਮਰਜ਼ੀ ਹੋਏ ਯਾਰ, ਮੈਂ ਤਾਂ ਕਹਿੰਦਾ ਕੋਈ ਮਰਜ਼ੀ ਹੋਏ, ਜਿਹਨੇ ਕੀਤਾ ਦੋਸ਼ੀ ਹੈ ਉਹਨੂੰ ਪਰਮਾਤਮਾ ਵੀ ਸਜ਼ਾ ਦੇਣ ਅਤੇ ਸਰਕਾਰ ਵੀ ਸਜ਼ਾ ਦੇ। ਐਕਸਪੈਲਡ ਜਿਹੜੇ ਅਕਾਲੀ ਆਗੂ ਸੀਗੇ ਜਿਹੜੇ ਤੁਸੀਂ ਗੱਲ ਕੀਤੇ ਪਿਛਲੇ ਹਫ਼ਤੇ, ਤੁਸੀਂ ਕਿਹਾ ਕਿ ਮੇਰੇ ਬਜ਼ੁਰਗ ਨੇ, ਮੇਰੇ ਸਤਿਕਾਰਤ ਨੇ, ਕੱਲ੍ਹ ਪਾਰਟੀ ਜੋ ਕਰਦਾ ਮੈਂ ਤੁਹਾਡੇ ਖਿਲਾਫ਼ ਸਟੇਟਮੈਂਟ। ਮੈਂ ਅੱਜ ਕਿਹਾ ਸੀ, ਮੈਂ ਅੱਜ ਵੀ ਮੈਂ ਉਹਨਾਂ ਦਾ ਸਤਿਕਾਰ ਕਰਦਾ, ਮੇਰੇ ਬਜ਼ੁਰਗ ਹੈ, ਮੇਰੀ ਪੋਲੀਟੀਕਲ ਲਾਈਫ ਵਿੱਚ ਉਹਨਾਂ ਨੇ ਹਰ ਵਾਰ ਮੇਰੇ ਸਿਰ 'ਤੇ ਹੱਥ ਰੱਖਿਆ, ਮੈਂ ਉਹਨਾਂ ਦੇ ਖਿਲਾਫ਼ ਅੱਜ ਤੱਕ ਨਹੀਂ ਮੈਂ ਕਹਿੰਦਾ, ਪਰ ਮੈਂ ਉਹ ਤਾਂ ਪਾਰਟੀ ਦਾ ਫੈਸਲਾ, ਪਾਰਟੀ ਨੇ ਡਿਸਪਲਿਨ ਹੁੰਦਾ ਹੈ, ਜੋ ਪਾਰਟੀ ਉਹਨਾਂ ਵਾਸਤੇ ਜੋ ਅੱਜ ਉਹ ਆਪਣੇ ਆਪ ਨੂੰ ਕੁਛ ਵੀ ਕਹਿੰਦੇ ਟਕਸਾਲੀ, ਉਹਨਾਂ ਨੂੰ ਵੀ ਟਕਸਾਲੀ ਪਾਰਟੀ ਨੇ ਬਣਾਇਆ, ਉਹਨਾਂ ਦੀ ਵੀ, ਮੇਰੇ ਫਾਦਰ ਦੀ, ਮੇਰੇ ਪਿਤਾ ਸਾਹਿਬ ਪਿਤਾ ਜੀ ਦੀ 70 ਸਾਲ ਹੋ ਗਏ, ਅਕਾਲੀ ਦਲ 97 ਸਾਲ ਪੁਰਾਣਾ ਹੈ, ਬਾਦਲ ਸਾਹਿਬ ਦੀ ਸੇਵਾ ਸ਼੍ਰੋਮਣੀ ਅਕਾਲੀ ਦਲ ਵਿੱਚ 70 ਸਾਲ ਹੈ, ਅਤੇ ਮੇਰੀ ਸੇਵਾ ਸ਼੍ਰੋਮਣੀ ਅਕਾਲੀ ਦਲ 'ਚ 31 ਸਾਲ ਹੈ। ਸੋ ਦੇਖ ਲਓ ਜਿਹੜੇ ਹੈਗਾ, ਸੋ ਜਿਹੜਾ ਪਾਰਟੀ ਉਹਨਾਂ ਨੂੰ ਅਸੀਂ ਕਿਉਂ ਅਸੀਂ ਮੈਂ ਵੀ ਅਪੀਲ ਕੀਤੀ ਸੀ ਕਿ ਪਾਰਟੀ ਸੁਪਰੀਮ ਹੈ, ਜੋ ਕੋਈ ਇੰਡੀਵਿਜੁਅਲ ਹੈ, ਜੇ ਮੈਂ ਵੀ ਸੁਖਬੀਰ ਸਿੰਘ ਬਾਦਲ ਪਾਰਟੀ ਦੇ ਪਾਸੇ ਹਟ ਜਾਂ, ਮੇਰੇ ਪੱਲੇ ਵੀ ਕੁਛ ਨਹੀਂ, ਮੈਂ ਤੁਹਾਨੂੰ ਅੱਜ ਦੱਸਾਂ, ਪਾਰਟੀ ਇਜ਼ ਪਾਰਟੀ। ਥੈਂਕ ਯੂ। ਡਾਕਟਰ ਕਿਰਪਾਲ ਸਿੰਘ ਦਾ ਨਵਾਂ ਬਿਆਨ ਆਇਆ ਜੀ ਸਿਲੇਬਸ ਵਾਲੇ, ਡਾਕਟਰ ਕਿਰਪਾਲ ਸਿੰਘ ਨੇ ਕਲੀਅਰ ਕਰ ਦਿੱਤਾ ਕਿ ਪੰਜਾਬ ਸਰਕਾਰ ਦੇ ਦੋਸ਼ੀ ਹੈ।